ਅੱਜ ਮੈਂ ਤੁਹਾਡੇ ਨਾਲ ਇੱਕ ਨੁਸਖਾ ਸਾਂਝਾ ਕਰ ਰਿਹਾ ਹਾਂ ਜੋ ਪੇਟ ਦੇ ਨਾਲ ਸੰਬੰਧਿਤ ਹੈ। ਗਰਮੀਆਂ ਤੇ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ। ਇਸ ਮੌਸਮ ਦੇ ਵਿੱਚ ਬਹੁਤ ਲੋਕਾਂ ਨੂੰ ਪੇਟ ਦੀ ਪ੍ਰੋਬਲਮ ਹੋ ਜਾਂਦੀ ਹੈ, ਜਿਸ ਤਰ੍ਹਾਂ ਪੇਟ ਦੇ ਵਿੱਚ ਤਿਆਬ ਜ਼ਿਆਦਾ ਬਣਨਾ, ਪੇਟ ਫੁੱਲਣਾ, ਪੇਟ ਗੈਸ, ਜਲਣ, ਜਿਸ ਨੂੰ ਆਪਾਂ ਪਿੱਤ ਪ੍ਰਕੋਪ ਕਹਿ ਦਿੰਦੇ ਹਾਂ, ਅਮਲ ਪਿੱਤ, ਜਿਨ੍ਹਾਂ ਦੇ ਅਮਲ ਪਿੱਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸੋ ਉਸ ਦੇ ਨਾਲ ਉਲਟੀ ਵਾਂਗੂ ਵੀ ਹੁੰਦਾ ਹੈ, ਖੱਟੇ ਡਕਾਰ ਆਉਂਦੇ ਆ, ਬਦਹਜ਼ਮੀ ਵੀ ਕਹਿ ਸਕਦੇ ਹਾਂ। ਸੋ ਇਹ ਸਾਰੀਆਂ ਨਿਸ਼ਾਨੀਆਂ ਗਰਮੀ ਦੇ ਨਾਲ ਹਨ। ਜਦੋਂ ਪੇਟ ਦੇ ਵਿੱਚ ਗਰਮੀ ਵੱਧ ਜਾਂਦੀ ਹੈ ਤਾਂ ਉਹਨਾਂ ਦੇ ਨਾਲ ਇਹ ਪ੍ਰੋਬਲਮ ਆਉਂਦੀ ਹੈ। ਸੋ ਇਹਨੂੰ ਠੀਕ ਕਰਨ ਦੇ ਲਈ ਕੀ ਨੁਸਖਾ ਹੈ ਜੀ? ਤੁਸੀਂ 20 ਦਾਣਾ ਲੈ ਲੈਣਾ ਜੀ। 20 ਦਾਣਾ ਪੰਸਾਰੀ ਕੋਲੋਂ ਮਿਲ ਜਾਵੇਗਾ। 100-200 ਗ੍ਰਾਮ ਲੈ ਕੇ ਰੱਖ ਲਵੋ। 20 ਦਾਣੇ ਦਾ ਇੱਕ ਚਮਚ ਰਾਤ ਨੂੰ ਸੌਣ ਲੱਗਿਆਂ ਇੱਕ ਗਲਾਸ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਵੋ। ਸਵੇਰੇ ਉੱਠੋ, ਉਸ ਨੂੰ ਰਗੜ ਕੇ, ਛਾਣ ਕੇ, ਪੁਣ ਕੇ, ਤੁਸੀਂ ਛਾਣ ਪੁਣ ਕੇ ਸਵੇਰੇ ਖਾਲੀ ਪੇਟ ਪੀ ਲੈਣਾ ਹੈ। ਪੀਣ ਤੋਂ ਬਾਅਦ 1 ਘੰਟਾ ਕੁਝ ਵੀ ਨਹੀਂ ਖਾਣਾ। ਸੋ ਲਗਾਤਾਰ ਤੁਸੀਂ ਕੁਝ ਦਿਨ ਇਸ ਨੂੰ ਵਰਤੋ ਤਾਂ ਜੋ ਅਲਾਮਤਾਂ ਮੈਂ ਦੱਸੀਆਂ, ਤੁਹਾਡੇ ਪੇਟ ਦੀ ਗਰਮੀ ਦੂਰ ਹੋ ਕੇ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਵੋਗੇ। ਧੰਨਵਾਦ ਜੀ।